ਭਾਜਪਾ ਦੇ ਵਾਸਤੇ ਸ਼ਾਇਦ ਇਸ ਲੋਕ ਸਭਾ ਚੋਣ ਦੇ ਵਿੱਚ ਪੈਰ ਜਮਾਣਾ ਹੁਣ ਔਖਾ ਹੁੰਦਾ ਜਾ ਰਿਹਾ, ਖਾਸ ਕਰਕੇ ਪੰਜਾਬ ਦੇ ਅੰਦਰ ਜੋ ਹਾਲਾਤ ਬਣਦੇ ਪਏ ਨੇ, ਕਿਸਾਨਾਂ ਦੇ ਵੱਲੋਂ ਜਿੰਨਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਬੀਜੇਪੀ ਦਾ, ਉਸ ਦੇ ਵਿੱਚ ਸਾਫ਼ ਅਤੇ ਕਲੀਅਰ ਹੋ ਰਿਹਾ ਆ ਕਿਸ ਤਰ੍ਹਾਂ ਇਸ ਪ੍ਰਦਰਸ਼ਨ ਦੀ ਰੂਪਰੇਖਾ ਬਣਦੀ ਪਈ ਆ ਔਰ ਉਹ ਰੂਪਰੇਖਾ ਕਿਸ ਤਰ੍ਹਾਂ ਬੀਜੇਪੀ ਦੇ ਭਵਿੱਖ ਨੂੰ ਸਿਰਜਦੀ ਪਈ ਹੈ, ਇਹ ਸਾਫ਼ ਪ੍ਰਤੀਤ ਹੋਣ ਲੱਗ ਗਿਆ। ਦਰਅਸਲ ਲੰਘੇ ਦਿਨ ਅਚਾਨਕ ਵੱਡੇ ਪੱਧਰ ਦੇ ਉੱਤੇ ਵਿਵਾਦ ਖੜ੍ਹਾ ਹੋ ਗਿਆ, ਕਿਸਾਨ ਜਿਵੇਂ ਲਗਾਤਾਰ ਲੱਗੇ ਹੋਏ ਨੇ ਬੀਜੇਪੀ ਦੇ ਉਮੀਦਵਾਰਾਂ ਨੂੰ ਘੇਰਨ, ਉਸੇ ਤਰ੍ਹਾਂ ਲੰਘੇ ਕੱਲ੍ਹ ਵੀ ਵਾਪਰਿਆ ਮਾਨਸੇ ਦੇ ਵਿੱਚ, ਬਠਿੰਡਾ ਦੇ ਮਾਨਸਾ ਹਲਕੇ ਦੇ ਵਿੱਚ ਅਚਾਨਕ ਵਿਵਾਦ ਖੜ੍ਹਾ ਹੋ ਗਿਆ। ਮਾਨਸੇ ਦੇ ਵਿੱਚ ਬੀਬੀ ਪਰਮਪਾਲ ਕੌਰ ਸਿੱਧੂ ਜਿਹਨਾਂ ਦਾ ਪ੍ਰੋਗਰਾਮ ਸੀਗਾ, ਪ੍ਰਚਾਰਕ ਪ੍ਰੋਗਰਾਮ ਸੀਗਾ, ਉੱਥੇ ਜਾਂਦੇ ਨੇ, ਪ੍ਰਚਾਰ ਕਰ ਰਹੇ ਹੁੰਦੇ ਨੇ ਅਤੇ ਪ੍ਰਚਾਰ ਕਰਨ ਸਾਰ ਹੀ ਕਿਸਾਨ ਉੱਥੇ ਆ ਜਾਂਦੇ ਨੇ, ਆਉਣ ਸਾਰ ਹੀ ਕਿਸਾਨ ਜਿਹੜੇ ਨੇ ਉਹ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ। ਜਿਸ ਤਰ੍ਹਾਂ ਦੀਆਂ ਤਸਵੀਰਾਂ ਲੱਗੇ ਕੁਝ ਦਿਨਾਂ ਤੋਂ ਸਾਹਮਣੇ ਆ ਰਹੀਆਂ ਨੇ, ਉਸੇ ਤਰ੍ਹਾਂ ਦਾ ਦ੍ਰਿਸ਼ ਉੱਥੇ ਬਣਦਾ ਨਜ਼ਰ ਆਇਆ ਔਰ ਕਿਸਾਨਾਂ ਦੇ ਆਉਣ ਸਾਰ ਪੁਲਿਸ ਵੀ ਐਕਟਿਵ ਹੋ ਗਈ ਔਰ ਦੋਵਾਂ ਧੜਿਆਂ ਵਿਚਾਲੇ, ਯਾਨੀ ਕਿ ਪੁਲਿਸ ਅਤੇ ਕਿਸਾਨਾਂ ਵਿਚਾਲੇ ਧੱਕਾ ਮੁੱਕੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ, ਯਾਨੀ ਕਿ ਧੱਕਾ ਮੁੱਕੀ ਜਿਹੜੀ ਉੱਥੇ ਚੱਲੀ ਹੈ, ਉੱਥੇ ਧੱਕਾ ਮੁੱਕੀ ਕੀਤੀ ਗਈ ਹੈ, ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਇੱਥੋਂ। ਪਰ ਇਹ ਦੱਸ ਦਈਏ ਕਿ ਪਰਮਪਾਲ ਕੌਰ ਸਿੱਧੂ ਦੇ ਉੱਥੇ ਆਉਣ ਸਾਰ ਹੀ ਵਿਵਾਦ ਖੜ੍ਹਾ ਹੋ ਗਿਆ। ਇੱਕ ਪਾਸੇ ਬੀਜੇਪੀ ਨੇ ਪਰਮਪਾਲ ਕੌਰ ਸਿੱਧੂ ਨੂੰ ਚੋਣ ਮੈਦਾਨ 'ਚ ਜ਼ਰੂਰ ਉਤਾਰਿਆ, ਮਲੂਕਾ ਪਰਿਵਾਰ ਨੂੰ ਅਕਾਲੀ ਦਲ ਤੋਂ ਤੋੜਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਪਰ ਦੂਜੇ ਪਾਸੇ ਉਹਨਾਂ ਦੀ ਇਹ ਕੋਸ਼ਿਸ਼ ਸ਼ਾਇਦ ਬੀਜੇਪੀ ਲਈ ਭਾਰੂ ਸਾਬਿਤ ਹੋਣ ਲੱਗ ਗਈ ਹੈ। ਪਰਮਪਾਲ ਕੌਰ ਸਿੱਧੂ ਜਿੱਥੇ ਜਾ ਰਹੇ ਨੇ ਉੱਥੇ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਹੋ ਰਿਹਾ। ਖੈਰ, ਮਾਨਸਾ ਜਾਂਦੇ ਨੇ, ਪਾਰਟੀ ਦਫ਼ਤਰ ਦੇ ਵਿੱਚ ਜਾ ਬਹਿੰਦੇ ਨੇ, ਕਿਸਾਨ ਬਾਹਰ ਵਿਰੋਧ ਪ੍ਰਦਰਸ਼ਨ ਕਰਦੇ ਨੇ, ਡਟ ਕੇ ਪ੍ਰਦਰਸ਼ਨ ਕਰਦੇ ਨੇ, ਪਰ ਬਾਅਦ ਵਿੱਚ ਕਿਸਾਨਾਂ ਨੂੰ ਬੀਬੀ ਪਰਮਪਾਲ ਕੌਰ ਸਿੱਧੂ ਦੇ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ। ਖੈਰ, ਕਿਸਾਨ ਮਿਲਦੇ ਨੇ, ਜਿਵੇਂ ਕਿ SKM ਦੇ ਨਿਰਦੇਸ਼ ਨੇ ਕਿ ਕਿਸੇ ਨੂੰ ਰੋਕਣਾ ਨਹੀਂ, ਕਿਸੇ ਨੂੰ ਟੋਕਣਾ ਨਹੀਂ, ਪਰ ਉਹਨਾਂ ਨੂੰ ਸਵਾਲ ਪੁੱਛਣੇ ਨੇ। ਕਿਸਾਨਾਂ ਨੇ ਆਪਣੇ ਸਵਾਲ ਅਗਾਂਹ ਰੱਖੇ, 11 ਦੇ ਵਿੱਚੋਂ 6 ਹੀ ਪੁੱਛੇ ਸੀ ਅਤੇ 6 ਦੇ ਕੋਈ ਜਵਾਬ ਨਹੀਂ ਦਿੱਤੇ ਗਏ, 6 ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਕਿਸਾਨ ਸਪੱਸ਼ਟ ਹੋ ਗਏ ਸੀ ਕਿ ਜੇ 6 ਦਾ ਜਵਾਬ ਨਹੀਂ ਦਿੱਤਾ ਤਾਂ ਬਾਕੀ ਰਹਿੰਦਿਆਂ ਦਾ ਕੀ ਹੀ ਦੇਣਾ ਆ। ਖੈਰ, ਪਰਮਪਾਲ ਕੌਰ ਸਿੱਧੂ ਚੁੱਪ ਵੱਟ ਲੈਂਦੇ ਨੇ ਔਰ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹਨਾਂ ਨੂੰ ਕਲੀਅਰ ਹੋ ਜਾਂਦਾ ਹੈ ਕਿ ਇੱਥੇ ਇਹਨਾਂ ਤਿਲਾਂ ਦੇ ਵਿੱਚ ਸ਼ਾਇਦ ਹੁਣ ਕੋਈ ਤੇਲ ਨਹੀਂ ਹੈਗਾ ਔਰ ਇਸੇ ਵਾਸਤੇ ਕਿਸਾਨਾਂ ਦਾ ਵਿਰੋਧ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਭੱਖ ਜਾਂਦਾ, ਮੱਗ ਜਾਂਦਾ ਆ। ਖੈਰ, ਜੇ ਪਰਮਪਾਲ ਕੌਰ ਸਿੱਧੂ ਦੀ ਗੱਲ ਕਰੀਏ ਤਾਂ ਪਰਮਪਾਲ ਕੌਰ ਸਿੱਧੂ ਮਲੂਕਾ ਪਰਿਵਾਰ ਦੇ ਨਾਲ ਤਾਲੁਕ ਰੱਖਦੇ ਨੇ, ਸਿਕੰਦਰ ਸਿੰਘ ਮਲੂਕਾ ਦੇ ਨੂੰਹ ਨੇ ਔਰ ਸਿਕੰਦਰ ਸਿੰਘ ਮਲੂਕਾ ਦਾ ਰਸੂਖ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜਾ ਪੁਰਾਣਾ ਅਤੇ ਬੜਾ ਡੂੰਘਾ, ਬੜਾ ਵੱਡਾ ਰਸੂਖ ਰੱਖਦੇ ਨੇ ਔਰ ਇਸੇ ਕਾਰਨ ਭਾਜਪਾ ਨੇ ਸ਼ਾਇਦ ਇਹ ਰਣਨੀਤੀ ਵਰਤੀ ਕਿ ਬਠਿੰਡਾ ਤੋਂ ਕਦੀ ਵੀ ਸੀਟ ਭਾਜਪਾ ਦੀ ਨਹੀਂ ਰਹੀ। ਇਸ ਵਾਸਤੇ ਭਾਜਪਾ ਨੂੰ ਲੋੜ ਪੈ ਗਈ ਕਿ ਆਪਣਾ ਪਾਰਟੀ ਦਾ ਵਿਸਥਾਰ ਕਰਨ ਵਾਸਤੇ ਅਕਾਲੀਆਂ ਦੀ ਸੀਟ ਤੋੜੀਏ, ਅਕਾਲੀਆਂ ਦੇ ਵਿੱਚ ਸੰਨ ਲਾਈਏ ਅਤੇ ਸੰਨ ਲਾ ਕੇ ਅਤੇ ਅਕਾਲੀਆਂ ਦੇ ਗੜ੍ਹ ਦੇ ਅੰਦਰ ਉਹਨਾਂ ਦਾ ਹੀ ਤੋੜਿਆ ਹੋਇਆ ਉਮੀਦਵਾਰ ਜਿਹੜਾ, ਉਹਨਾਂ ਦਾ ਤੋੜਿਆ ਹੋਇਆ ਪਰਿਵਾਰ ਜਿਹੜਾ ਉਸ ਦਾ ਮੈਂਬਰ ਉੱਥੇ ਖੜ੍ਹੇ ਕਰੀਏ। ਉਵੇਂ ਕੀਤਾ, ਸਿਕੰਦਰ ਸਿੰਘ ਮਲੂਕਾ ਦੇ ਨੂੰਹ ਨੂੰ ਉੱਥੋਂ ਉਮੀਦਵਾਰ ਐਲਾਨ ਦਿੱਤਾ ਗਿਆ, ਪਰਮਪਾਲ ਕੌਰ ਸਿੱਧੂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ, ਪਰ ਜੋ ਹਾਲਾਤ ਬਣਦੇ ਪਏ ਨੇ ਉਹ ਸਾਹਮਣੇ ਪ੍ਰਤੱਖ ਨੇ। ਖੈਰ, ਇਹ ਹੋਇਆ ਮਾਨਸੇ ਦੇ ਵਿੱਚ, ਪਰ ਦੂਜੇ ਪਾਸੇ ਅੰਮ੍ਰਿਤਸਰ ਦੀ ਗੱਲ ਸਾਹਮਣੇ ਆ ਰਹੀ। ਅੰਮ੍ਰਿਤਸਰ ਦੇ ਮਜੀਠਾ ਹਲਕਾ ਜਿਹੜਾ ਬਿਕਰਮ ਸਿੰਘ ਮਜੀਠੀਆ ਦਾ ਆਪਣਾ ਹਲਕਾ ਆ, ਉਸ ਹਲਕੇ ਤੋਂ ਅਚਾਨਕ ਵਿਵਾਦਿਤ ਗਤੀਵਿਧੀਆਂ ਤੇਜ਼ ਹੋ ਗਈਆਂ। ਉਸ ਵੇਲੇ ਜਦੋਂ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਉੱਥੇ ਪ੍ਰਚਾਰ ਕਰਨ ਜਾਂਦੇ ਨੇ, ਉੱਥੇ ਪ੍ਰਚਾਰ ਆਰੰਭਦੇ ਨੇ ਅਤੇ ਕਿਸਾਨ ਉੱਥੇ ਆ ਜਾਂਦੇ ਨੇ, ਉਸੇ ਤਰ੍ਹਾਂ ਵਿਰੋਧ ਪ੍ਰਦਰਸ਼ਨ ਹੁੰਦਾ, ਡਟ ਕੇ ਵਿਰੋਧ ਪ੍ਰਦਰਸ਼ਨ ਹੁੰਦਾ ਔਰ ਇਸ ਪ੍ਰਦਰਸ਼ਨ ਤੋਂ ਬਾਅਦ ਤਰਨਜੀਤ ਸੰਧੂ ਦਾ ਇੱਕ ਬਿਆਨ ਸਾਹਮਣੇ ਆਉਂਦਾ ਜਿਸ ਦੇ ਵਿੱਚ ਉਹ ਦਾਅਵਾ ਕਰਦੇ ਨੇ ਕਿ ਇਹ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਨਹੀਂ ਹੈ, ਇਹ ਵਿਰੋਧੀ ਪਾਰਟੀਆਂ ਦਾ ਸ਼ੜਯੰਤਰ ਹੈ, ਜਿਹੜਾ ਸ਼ੜਯੰਤਰ ਰਚ ਕੇ ਵਿਰੋਧੀ ਪਾਰਟੀਆਂ
ਬੀਜੇਪੀ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ। ਇਹੀ ਗੱਲ ਕਹਿ ਕੇ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਉਹ ਅੱਗੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਨੇ, ਕਿਸਾਨਾਂ ਦਾ ਘੇਰਾ ਪੈ ਜਾਂਦਾ ਆ ਔਰ ਕਿਸਾਨਾਂ ਦੇ ਵੱਲੋਂ ਡਟ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਂਦਾ ਹੈ। ਹੁਣ ਇੱਥੇ ਸਵਾਲ ਖੜ੍ਹਾ ਹੁੰਦਾ ਕਿ ਕਿਉਂ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਬੀਜੇਪੀ ਵਾਲੇ ਕਿਉਂ ਇਸ ਗੱਲ ਦਾ ਵਿਰੋਧ ਕਰ ਰਹੇ ਨੇ। ਇੱਕ ਪਾਸੇ ਤਾਂ ਕਿਸਾਨ ਜਿਹੜੇ ਨੇ ਅਜੇ ਤੱਕ ਕੇਂਦਰ ਦੀ ਭਾਜਪਾ ਸਰਕਾਰ ਤੋਂ ਖਫਾ ਨੇ ਕਿ ਕੇਂਦਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ, ਉਹਨਾਂ ਦੇ ਨਾਲ ਝੂਠੇ ਵਾਅਦੇ ਕੀਤੇ, ਝੂਠੇ ਵਾਅਦੇ ਕਰਕੇ ਅਤੇ ਉਹ ਗੱਲ ਉੱਥੇ ਹੀ ਆ ਕੇ ਫਿਰ ਨਿਬੜ ਗਈ। ਔਰ ਇੱਥੋਂ ਤੱਕ ਵੀ ਕਿਸਾਨਾਂ 'ਚ ਰੋਸ ਹੈ ਕਿ ਜਦੋਂ ਅਸੀਂ ਆਪਣੇ ਹੱਕ ਮੰਗਣਗੇ ਤਾਂ ਸਾਡੇ ਉੱਤੇ ਬੰਬ ਗੋਲੇ ਚਲਾਏ ਗਏ। ਇਸ ਵਾਸਤੇ ਕਿਸਾਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਜ਼ਰੂਰ ਕੀਤਾ। ਔਰ ਬੀਜੇਪੀ ਲੀਡਰ ਜਿਹੜੇ ਹੁਣ ਇਹ ਗੱਲਾਂ ਕਰ ਰਹੇ ਨੇ ਕਿ ਕਿਸਾਨ ਕਿਸਾਨਾਂ ਦੇ ਰੂਪ ਦੇ ਵਿੱਚ ਵਿਰੋਧੀ ਲੀਡਰ ਨੇ, ਦਰਅਸਲ ਉਹਨਾਂ ਲੀਡਰਾਂ ਨੂੰ ਆਪਣੀ ਪਾਰਟੀ ਦੇ ਨਾਲ ਕੰਸਲਟ ਕਰਨਾ ਚਾਹੀਦਾ ਸੀ ਪਹਿਲਾਂ ਪਹਿਲਾਂ ਆਪਣੀ ਬੀਜੇਪੀ ਸਰਕਾਰ ਦੇ ਨਾਲ, ਬੀਜੇਪੀ ਪਾਰਟੀ ਦੇ ਨਾਲ ਤਾਲੁਕ ਕਰਕੇ, ਅਤੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਤੁਸੀਂ ਸਹੀ ਨੀਤੀਆਂ ਬਣਾਓ, ਤੁਸੀਂ ਕਿਸਾਨਾਂ ਦਾ ਪੱਖ ਪੂਰੋ, ਤਾਂ ਜਾ ਕੇ ਕਿਸਾਨ ਸਾਡੇ ਹੱਕ 'ਚ ਖੜਨਗੇ। ਬਿਨਾਂ ਇਹੋ ਜਿਹੀ ਕੋਈ ਗੱਲ ਕੀਤਿਆਂ ਕਿਸਾਨਾਂ ਦੇ ਵਿੱਚ ਉੱਤਰ ਆਉਣਾ, ਦਿਹਾਤ ਇਲਾਕੇ 'ਚ ਉੱਤਰ ਆਉਣਾ, ਇਹ ਤਾਂ ਫਿਰ ਉਹੀ ਗੱਲ ਹੁੰਦੀ ਹੈ ਕਿ ਡੂਮਣੇ ਨੂੰ ਛੇੜਨਾ ਹੋਵੇ ਜਿਸ ਤਰ੍ਹਾਂ, ਅਤੇ ਉਸ ਤੋਂ ਬਾਅਦ ਜੋ ਹਾਲਾਤ ਬਣਦੇ ਨੇ ਉਹ ਪ੍ਰਤੱਖ ਸਾਹਮਣੇ ਹੀ ਨੇ। ਜੋ ਕੁਝ ਪ੍ਰਚਾਰਕ ਗਤੀਵਿਧੀਆਂ ਦੇ ਦੌਰਾਨ ਦੇਖਣ ਨੂੰ ਮਿਲਿਆ, ਉਹ ਭਾਵੇਂ ਪਰਮਪਾਲ ਕੌਰ ਸਿੱਧੂ ਦੀ ਪ੍ਰਚਾਰਕ ਰੈਲੀ ਹੋਵੇ ਜਾਂ ਫਿਰ ਤਰਨਜੀਤ ਸਿੰਘ ਸੰਧੂ ਦੀ ਪ੍ਰਚਾਰਕ ਰੈਲੀ ਹੋਵੇ ਜਾਂ ਫਿਰ ਹੰਸਰਾਜ ਹੰਸ ਜਿਹੜੀ ਫਰੀਦਕੋਟ ਦੇ ਵਿੱਚ ਪ੍ਰਚਾਰਕ ਰੈਲੀ ਕੱਢਦੇ ਪਏ ਨੇ, ਉਹ ਵੀ ਹੁਣ ਹੱਥ ਜੋੜਦੇ ਨਜ਼ਰ ਆ ਰਹੇ ਨੇ। ਉਹ ਵੀ ਜਦੋਂ ਕਿਸਾਨ ਵਿਰੋਧ ਪ੍ਰਦਰਸ਼ਨ ਕਰਦੇ ਨੇ ਅਤੇ ਗਾਓ ਹੱਥ ਜੋੜ ਦਿੰਦੇ ਨੇ, ਉਹਨਾਂ ਨੂੰ ਵੀ ਪਤਾ ਕਿ ਉਹਨਾਂ ਦੀ ਦਾਲ ਗਲਣ ਵਾਲੀ ਨਹੀਂ, ਦਿੱਲੀ ਦੀਆਂ ਗੱਲਾਂ ਹੋਰ ਸੀ, ਇਹ ਪੰਜਾਬ ਹੈ। ਔਰ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਬੀਜੇਪੀ ਤੋਂ ਨਾ ਖੁਸ਼ ਨੇ। ਹੈਰਾਨੀ ਦੀ ਗੱਲ ਹੈ ਕਿਉਂ ਉਮੀਦਵਾਰ ਜਿਹੜੇ ਲਾਣੇ ਗਏ ਨੇ, ਜਿਹੜੇ ਬੀਜੇਪੀ ਦੇ ਵੱਲੋਂ ਸਾਹਮਣੇ ਲਿਆਂਦੇ ਗਏ ਨੇ ਪੰਜਾਬ ਦੇ ਵਿੱਚ, ਉਹ ਆਪਣੀ ਪਾਰਟੀ ਦੀ ਲੀਡਰਸ਼ਿਪ ਨਾਲ ਇਹ ਗੱਲਾਂ ਨਹੀਂ ਕਰਦੇ। ਕਿਉਂ ਲੀਡਰਸ਼ਿਪ ਨੂੰ ਕੋਈ ਸੁਨੇਹਾ ਨਹੀਂ ਦਿੰਦੇ, ਕਿਉਂ ਉਹਨਾਂ ਨੂੰ ਕੋਈ ਨਸੀਹਤ ਨਹੀਂ ਦਿੰਦੇ ਕਿ ਕਿਸਾਨਾਂ ਦੇ ਪੱਖ ਦੇ ਵਿੱਚ ਗੱਲ ਕਰੋ, ਤਾਂ ਕਰਕੇ ਕਿਸਾਨ ਇੱਥੇ ਝੰਡਾ ਝਲਾਉਣ ਦੇਣਗੇ। ਤਾਂ ਦੱਸ ਦਈਏ ਕਿ ਕਿਸਾਨ ਹੁਣ ਵੀ ਇਹ ਗੱਲ ਕਰਦੇ ਨੇ ਕਿ ਜੇ ਬੀਜੇਪੀ ਆਪਣੇ ਵਾਅਦੇ 'ਤੇ ਟਿੱਕੀ ਹੁੰਦੀ, ਜੇ ਬੀਜੇਪੀ ਦੇ ਲੀਡਰ ਆਪਣੇ ਵਾਅਦੇ 'ਤੇ ਟਿੱਕੇ ਹੁੰਦੇ, ਅਤੇ ਜੇ ਉਹਨਾਂ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹੁੰਦੀਆਂ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਜ਼ਾਹਿਰ ਤੌਰ ਦੇ ਉੱਤੇ ਸੋਚਿਆ ਜਾਵੇ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਹੋ ਸਕਦਾ ਕਿ ਪੰਜਾਬ ਦੇ ਵਿੱਚ ਫਿਰ ਬੀਜੇਪੀ ਦਾ ਝੰਡਾ ਝੂਲ ਹੀ ਪੈਂਦਾ, ਕਿਤੇ ਨਾ ਕਿਤੇ ਵੋਟ ਪਰਸੈਂਟੇਜ ਦੇ ਵਿੱਚ ਇਜ਼ਾਫਾ ਹੋ ਹੀ ਜਾਂਦਾ। ਪਰ ਹੁਣ ਬੀਜੇਪੀ ਦੇ ਹਾਲਾਤ ਜਿਹੜੇ ਨੇ ਉਹ ਪ੍ਰਤੱਖ ਸਾਹਮਣੇ ਦੇਖਣ ਨੂੰ ਮਿਲ ਰਹੇ ਨੇ। ਆਉਂਦੇ ਸਮੇਂ ਦੇ ਵਿੱਚ ਭਾਵੇਂ ਇਹ ਸਿਰਫ ਵੋਟ ਪਰਸੈਂਟੇਜ ਦੀ ਲੜਾਈ ਬਣ ਕੇ ਰਹਿ ਜਾਵੇ, ਅੰਤ ਦੇ ਵਿੱਚ ਇਹੀ ਦੇਖਿਆ ਜਾਵੇ ਕਿ ਕਿਹਦਾ ਵੋਟ ਪਰਸੈਂਟੇਜ ਜ਼ਿਆਦਾ ਆ, ਕਿਹਦਾ ਵੋਟ ਸ਼ੇਅਰ ਜ਼ਿਆਦਾ ਆ, ਔਰ ਇਸੇ ਦੇ ਉੱਤੇ ਅਗਲੀਆਂ ਰਣਨੀਤੀਆਂ ਤਿਆਰ ਹੋਣ ਲੱਗ ਜਾਣ। ਪਰ ਇੱਥੇ ਮੌਜੂਦਾ ਹਾਲਾਤ ਜ਼ਰੂਰ ਇਹ ਦੱਸ ਰਹੇ ਨੇ ਕਿ ਬੀਜੇਪੀ ਲੀਡਰ ਜਿਹੜੇ ਨੇ ਉਹ ਕਿਸਾਨਾਂ ਵੱਲੋਂ ਬਿਲਕੁਲ ਵੀ ਸਤਿਕਾਰੇ ਨਹੀਂ ਜਾ ਰਹੇ। Subscribe to One India channel and never miss an update.